ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜੈੱਡ ਪਲੱਸ ਸਿਕਿਉਰਿਟੀ ਮੰਗੇ ਜਾਣ ਤੇ ਵਿਧਾਇਕਾ ਮਨਜੋਤ ਕੌਰ ਸਿੱਧੂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੈੱਡ ਪਲੱਸ ਸਿਕਿਉਰਿਟੀ ਤੋਂ ਵੱਧ ਕੋਈ ਸਿਕਿਉਰਿਟੀ ਹੁੰਦੀ ਨਹੀਂ ਤੇ ਦੂਜਾ ਅਗਰ ਸਰਕਾਰ ਨੇ ਵਿਕਾਸ ਕੀਤਾ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੀ ਹੈ ਤਾਂ ਸਿਕਿਉਰਿਟੀ ਦੀ ਜ਼ਰੂਰਤ ਹੀ ਕੀ ਹੈ। ਉਹਨਾਂ ਭਾਜਪਾ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਭਾਜਪਾ ਨੇਤਾ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਤੇ ਨਵਜੋਤ ਸਿੰਘ ਸਿੱਧੂ ਬਾਰੇ ਕੁਝ ਕਹਿਣ। ਬਹੁਤ ਜ਼ਿਆਦਾ ਸਿਕਿਉਰਿਟੀ ਹੈ ਐਂਡ ਸਿੰਸ ਉਹ ਕਹਿ ਰਹੇ ਹੈ ਕਿ ਉਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਹੈ ਅਤੇ ਡਿਵੈਲਪਮੈਂਟ ਬਹੁਤ ਜ਼ਿਆਦਾ ਕਰਵਾਈ ਹੈ ਤਾਂ ਆਈ ਥਿੰਕ ਲੋਕਾਂ ਨੂੰ ਇੰਨਾ ਜ਼ਿਆਦਾ ਉਹਨਾਂ ਨਾਲ ਪਿਆਰ ਹੋਣਾ ਚਾਹੀਦਾ ਕਿ ਉਹਨਾਂ ਨੂੰ ਤਾਂ ਸਿਕਿਉਰਿਟੀ ਦੀ ਜ਼ਰੂਰਤ ਹੀ ਹੈ ਨਹੀਂ। ਇੱਕ ਪਾਸੇ ਤਾਂ ਕਹਿ ਰਹੇ ਹੈ ਕਿ ਅਸੀਂ ਬਹੁਤ ਡਿਵੈਲਪਮੈਂਟ ਕੀਤੀ ਹੈ ਅਤੇ ਚੰਗੇ ਕੰਮ ਕੀਤੇ ਹੈ, ਸੋ ਦੂਜੇ ਪਾਸੇ ਟਰੱਸਟ ਕਰਨ ਲੋਕਾਂ ਨੂੰ ਜੇ ਉਹਨਾਂ ਨੇ ਕੰਮ ਕੀਤੇ ਹੈ ਤਾਂ ਲੋਕ ਜ਼ਰੂਰ ਉਹਨਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੈ ਕਿ ਉਹਨਾਂ ਦੀ ਆਪ ਸਿਕਿਉਰਿਟੀ ਬਣਨਗੇ। ਸੋ ਸਿਕਿਉਰਿਟੀ ਦੀ ਮੇਰੇ ਹਿਸਾਬ ਨਾਲ ਕੋਈ ਜ਼ਰੂਰਤ ਨਹੀਂ ਹੈ। ਪਹਿਲਾਂ ਹੀ ਜ਼ੈੱਡ ਪਲੱਸ ਹੈ ਜਿਹਦੇ ਤੋਂ ਉੱਤੇ ਮੈਨੂੰ ਨਹੀਂ ਪਤਾ ਕੋਈ ਹੁੰਦੀ ਹੈ। ਮੇਰੇ ਹਿਸਾਬ ਨਾਲ ਇੱਕ ਐਕਸ ਹੁੰਦੀ ਹੈ, ਵਾਈ ਹੁੰਦੀ ਹੈ, ਜ਼ੈੱਡ ਹੁੰਦੀ ਹੈ ਅਤੇ ਜ਼ੈੱਡ ਪਲੱਸ ਹੁੰਦੀ ਹੈ। ਅੰਮ੍ਰਿਤਸਰ ਤੋਂ ਧਰਮਜੀਤ ਗਿੱਲ, ਖਬਰ ਹਰਪਲ, ਇੰਡੀਆ।